welcom my dear students ਅੱਜ ਆਪਾਂ ਆਪਣੇ ਛੁੱਟੀਆਂ ਦੇ ਕੰਮ ਦੇ ਵਿੱਚ ਐਕਟੀਵਿਟੀ 2.2 ਕਰ ਰਹੇ ਹਾਂ ਜਿਹਦਾ ਹੈਡਿੰਗ ਹੈ ਆਪਣੇ ਆਲੇ ਦੁਆਲੇ ਵਿੱਚੋਂ ਵੱਖ-ਵੱਖ ਸਮਮਿਤ ਵਸਤੂਆਂ ਇਕੱਠੀਆਂ ਕਰੋ ਇੰਗਲਿਸ਼ ਦੇ ਵਿੱਚ ਕੀ ਕਹਾਂਗੇ ਆਪਾਂ ਇਹਨੂੰ ਡਿਫਰੈਂਟ ਸਿਮੈਟ੍ਰੀਕਲ ਆਪਾਂ ਆਬਜੈਕਟਸ ਇਕੱਠੇ ਕਰਨੇ ਹਨ ਜਿਵੇਂ ਪੱਤੇ ਲੀਫਸ ਅੰਗਰੇਜ਼ੀ ਵਰਣਮਾਲਾ ਦੇ ਅੱਖਰ ਅਲਫਾਬੈਟ ਚੂੜੀਆਂ ਬੈਂਗਲਸ ਐਕਸਟਰਾ ਠੀਕ ਹੈ ਇਹਨਾਂ ਦੀਆਂ ਸਮਮਿਤੀ ਰੇਖਾਵਾਂ ਬਣਾ ਕੇ ਸਕ੍ਰੈਪ ਬੁੱਕ ਤੇ ਚਿਪਕਾਓ ਹੁਣ ਬੇਟਾ ਸਮਿਟਰੀ ਹੁੰਦੀ ਕੀ ਹੈ ਪਹਿਲਾਂ ਦਿਮਾਗ 'ਚ ਇਹ ਵੀ ਤਾਂ ਕਲੀਅਰ ਹੋਣਾ ਚਾਹੀਦਾ ਨਾ ਦੇਖੋ ਮੈਂ ਡੈਫੀਨੇਸ਼ਨ ਲਿਖੀ ਹੈ ਇਫ ਫਿਗਰ ਕੈਨ ਬੀ ਡਿਵਾਈਡਡ ਇਨਟੂ ਟੂ ਕੋਇਨਸੀਡੈਂਟ ਪਾਰਟਸ ਬਾਏ ਏ ਲਾਈਨ ਜੇ ਕਹਿੰਦੇ ਕੋਈ ਇੱਕ ਲਾਈਨ ਵੈਸੇ ਤਾਂ ਐਟ ਲੀਸਟ 1 ਲਾਈਨ ਹੁੰਦੀ ਹੈ ਜਿਆਦਾ ਵੀ ਹੋ ਸਕਦੀਆਂ ਠੀਕ ਹੈ ਘੱਟੋ ਘੱਟ ਇੱਕ ਤਾਂ ਚਾਹੀਦੀ ਹੋਈ ਹੈ ਤਾਂ ਇੱਕ ਲਾਈਨ ਜੇ ਕਹਿੰਦੇ ਆਪਣੀ ਫਿਗਰ ਨੂੰ ਦੋ ਇਕੋ ਜਿੱਕੇ ਦਿਖਣ ਵਾਲੇ ਭਾਗਾਂ ਵਿੱਚ ਵੰਡਦੀ ਹੈ देन ਫਿਗਰ ਇਜ਼ ਸਮੈਟ੍ਰੀਕਲ ਅਬਾਊਟ ਦਾ ਲਾਈਨ ਤਾਂ ਫਿਗਰ ਨੂੰ ਆਪਾਂ ਉਸ ਲਾਈਨ ਦੇ ਸਮੈਟ੍ਰੀਕਲ ਕਹਾਂਗੇ ਐਂਡ ਦਾ ਲਾਈਨ ਇਜ਼ ਕਾਲਡ ਲਾਈਨ ਆਫ ਸਮੈਟਰੀ ਤੇ ਉਸ ਲਾਈਨ ਨੂੰ ਆਪਾਂ ਲਾਈਨ ਆਫ ਸਮੈਟਰੀ ਕਹਾਂਗੇ ਠੀਕ ਹੈ ਹੁਣ ਆਪਾਂ ਲੱਭਣਾ ਕੀ ਹੈ ਬੱਚੇ ਆਪਣੇ ਆਲੇ-ਦੁਆਲੇ ਦੇ ਵਿੱਚੋਂ ਆਪਣੇ ਘਰ ਦੇ ਆਸ-ਪਾਸ ਜਾਂ ਘਰ ਦੇ ਵਿੱਚ ਕੋਈ ਇਹੋ ਜਿਹੀ ਚੀਜ਼ਾਂ ਲੱਭਣੀਆਂ ਨੇ ਜਿਨ੍ਹਾਂ ਦੇ ਵਿੱਚ ਇਹ ਲਾਈਨ ਆਫ ਸਮੈਟਰੀ ਹੋਵੇ ਮਤਲਬ ਆਪਾਂ ਇੱਕ ਲਾਈਨ ਡਰਾ ਕਰੀਏ ਤੇ ਆਪਣੀ ਉਹ ਆਬਜੈਕਟ ਆਪਣੀ ਉਹ ਚੀਜ਼ ਆਪਣੀ ਉਹ ਵਸਤੂ ਦੋ ਬਰਾਬਰ ਭਾਗਾਂ ਦੇ ਵਿੱਚ ਵੰਡੀ ਜਾਵੇ ਦੇਖੋ ਬੇਟਾ ਮੇਰੇ ਨੀਅਰ ਅਬਾਊਟ ਇਹ ਪੱਤਾ ਮੈਨੂੰ ਦਿਖਿਆ ਦੇਖੋ ਮੈਂ ਇੱਕ ਲਾਈਨ ਡਰਾ ਕੀਤੀ ਹੋਈ ਹੈ ਇਸ ਦੇ ਉੱਪਰ ਮੈਂ ਇਹ ਪੱਤਾ ਰੱਖ ਰਹੀ ਹਾਂ ਬਿਲਕੁਲ ਸੈਂਟਰ ਚ ਮੈਂ ਇਹ ਪੱਤਾ ਰੱਖ ਲਿਆ ਜੇ ਮੈਂ ਇਸ ਦੇ ਹਾਫ ਪਾਰਟ ਨੂੰ ਪਕੜ ਕੇ ਇਸ ਦੇ ਹਾਫ ਪਾਰਟ ਨੂੰ ਇਹਦੇ ਉੱਪਰ ਰੱਖਣ ਦੀ ਕੋਸ਼ਿਸ਼ ਕਰਦੀ ਆ ਤਾਂ ਦੇਖੋ ਇਸ ਦਾ ਜਿਹੜਾ ਪਿਛਲਾ ਪਾਰਟ ਹੈ ਉਹ ਪੂਰੀ ਤਰ੍ਹਾਂ ਟੱਕ ਚੁੱਕਿਆ ਠੀਕ ਹੈ ਤਾਂ ਇਹਦਾ ਮਤਲਬ ਇਸ ਪੱਤੇ ਦੇ ਵਿੱਚ ਇੱਕ ਲਾਈਨ ਆਫ ਸਿਮਟਰੀ ਹੈਗੀ ਹੈ ਠੀਕ ਹੈ ਸੰਯਮਿਤ ਰੇਖਾ ਇੱਕ ਹੈ ਤੁਸੀਂ ਕਹੋ ਮੈਡਮ ਨੇ ਤਾਂ ਉਹੀ ਕਹਤਾ ਜੀ ਇੱਕ ਹੈ ਹੈਨਾ ਦੋ ਤਿੰਨ ਵੀ ਤਾਂ ਹੋ ਸਕਦੀਆਂ ਨੇ ਚਲੋ ਆਪਾਂ ਟਰਾਈ ਕਰ ਲੈਨੇ ਆ ਆਪਾਂ ਲੱਭ ਲੈਨੇ ਆ ਠੀਕ ਹੈ ਮੰਨ ਲਓ ਜੇ ਮੈਂ ਇੱਥੇ ਇੱਕ ਲਾਈਨ ਡਰਾ ਕਰ ਦਵਾਂ ਠੀਕ ਹੈ ਮੈਂ ਜਿੱਥੇ ਸਕੇਲ ਰੱਖਿਆ ਮੈਂ ਉੱਥੇ ਇੱਕ ਲਾਈਨ ਡਰਾ ਕਰ ਦਵਾਂ ਤਾਂ ਕੀ ਪੱਤੇ ਨੂੰ ਇੱਧਰ ਨੂੰ ਮੋੜ ਕੇ ਜਾਂ ਇੱਧਰ ਵਾਲੇ ਪੱਤੇ ਨੂੰ ਦੂਸਰੀ ਤਰਫ ਮੋੜ ਕੇ ਦੋਨੋਂ ਹਿੱਸੇ ਬਰਾਬਰ ਆਉਣਗੇ ਨਹੀਂ ਬਰਾਬਰ ਨਹੀਂ ਆ ਸਕਦੇ ਦੇਖੋ ਆ ਹਿੱਸਾ ਛੋਟਾ ਹੈ ਆ ਹਿੱਸਾ ਵੱਡਾ ਹੈ ਹਨਾ ਇਹ ਬਰਾਬਰ ਨਹੀਂ ਆਉਣਗੇ ਬਰਾਬਰ ਸਿਰਫ ਇਹ ਏਸੇ ਲਾਈਨ ਦੇ ਆਸ-ਪਾਸ ਆਉਣਗੇ ਇਸ ਲਾਈਨ ਨੂੰ ਆਪਾਂ ਕਹਿੰਦੇ ਆ ਲਾਈਨ ਆਫ ਸਿਮੇਟਰੀ ਇਸੇ ਤਰ੍ਹਾਂ ਨਾਲ ਬੇਟਾ ਇਹ ਤੁਸੀਂ ਕਿਵੇਂ ਕਰਨਾ ਹੈ ਸਕ੍ਰੈਪ ਬੁੱਕ ਤੇ ਹਾਫ ਪੱਤੇ ਨੂੰ ਤੁਸੀਂ ਜੋੜ ਦੇਣਾ ਹਾਫ ਨੂੰ ਤੁਸੀਂ ਐਦਾਂ ਇਸ ਲਾਈਨ ਦੇ ਨਾਲ ਖੁੱਲਾ ਛੱਡਣਾ ਠੀਕ ਹੈ ਤਾਂ ਕਿ ਤੁਸੀਂ ਮੋੜ ਕੇ ਵੀ ਦਿਖਾ ਸਕੋ ਹੁਣ ਇਸੇ ਤਰ੍ਹਾਂ ਬੇਟੇ ਮੈਨੂੰ ਇੱਕ ਇਹ ਪੱਤਾ ਮਿਲਿਆ ਸੀ ਦੇਖੋ ਇਹਦੇ ਵਿੱਚ ਵੀ ਇਹ ਲਾਈਨ ਆਫ ਸਿਮਟਰੀ ਹੈ ਪੱਤਾ ਵਿਚਾਰਾ ਥੋੜਾ ਜਿਹਾ ਮੁਝਾਂ ਆ ਚੁੱਕਿਆ ਹੈ ਹਨਾ ਹੁਣ ਦੇਖੋ ਇਹਦੇ ਵਿੱਚ ਜਦੋਂ ਆਪਾਂ ਇਸ ਲਾਈਨ ਆਫ ਸਿਮਟਰੀ ਤੇ ਇਸ ਪੱਤੇ ਨੂੰ 모ੜਾਂਗੇ ਬਿਲਕੁਲ ਕਲੀਅਰਲੀ ਜਦੋਂ ਆਪਾਂ ਇਹਨੂੰ ਮੋੜਾਂਗੇ ਇਸ ਲਾਈਨ ਦੇ ਤਾਂ ਜਿਹੜਾ ਪੱਤਾ ਹੈ ਉਹ ਦੋ ਬਰਾਬਰ ਭਾਗਾਂ ਦੇ ਵਿੱਚ ਵੰਡਿਆ ਜਾਊਗਾ ਤਾਂ ਇਹਦਾ ਮਤਲਬ ਇਸ ਪੱਤੇ ਦੇ ਵਿੱਚ ਵੀ ਕਿੰਨੀਆਂ ਸਮਮਿਤੀ ਰੇਖਾਵਾਂ ਨੇ ਇੱਕ ਸਮਮਿਤੀ ਰੇਖ ਹੈ ਕੀ ਇੱਕ ਤੋਂ ਵੱਧ ਹੋ ਸਕਦੀਆਂ ਨੇ ਤਾਂ ਕਿਸੇ ਹੋਰ ਪਾਸੇ ਡਰਾ ਕਰਕੇ ਦੇਖ ਲਓ ਜੇ ਆਪਾਂ ਇਹ ਟੇਡਾ ਡਰਾ ਕਰਦੇ ਹਾਂ ਤਾਂ ਕੀ ਪੱਤੇ ਦੇ ਦੋਨੋਂ ਹਿੱਸੇ ਬਰਾਬਰ ਹੋਣਗੇ ਨਹੀਂ ਹੋਣਗੇ ਠੀਕ ਹੈ ਜੇ ਆਪਾਂ ਐਦਾਂ ਹਾਰੀਜ਼ੋਂਟਲ ਰੱਖਦੇ ਹਾਂ ਤਾਂ ਕੀ ਪੱਤੇ ਦੇ ਦੋਨੇ ਹਿੱਸੇ ਬਰਾਬਰ ਹੋਣਗੇ ਨਹੀਂ ਹੋਣਗੇ ਠੀਕ ਹੈ ਤਾਂ ਇਹਦਾ ਮਤਲਬ ਇਸ ਪੱਤੇ ਦੇ ਵਿੱਚ ਕਿੰਨੀਆਂ ਸਮਮਿਤਿ ਰੇਖਾਵਾਂ ਨੇ ਇੱਕ ਤੇ ਉਸ ਲਾਈਨ ਦੇ ਆਸ-ਪਾਸ ਇਹ ਮੋੜਨ ਤੇ ਪੱਤਾ ਦੋ ਬਰਾਬਰ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਤੀਸਰੀ ਐਗਜ਼ਾਮਪਲ ਬੇਟੇ ਆਪਾਂ ਇਸ ਚੂੜੀ ਦੀ ਲੈ ਰਹੇ ਹਾਂ ਠੀਕ ਹੈ ਇਹ ਮੇਰੇ ਕੋਲ ਚੂੜੀ ਹੈ ਇਹਦਾ ਮੈਂ ਨੇ ਸੈਂਟਰ ਪਤਾ ਕਰ ਲਿਆ ਸੈਂਟਰ ਪਤਾ ਕਰਨ ਤੋਂ ਬਾਅਦ ਜਦੋਂ ਮੈਂ ਇਹਦੀ ਸਮਮਿਤੀ ਰੇਖਾਵਾਂ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਦੇਖੋ ਆ ਮੈਂ ਇੱਕ ਕਲਰਡ ਪੇਪਰ ਨਾਲ ਤੁਹਾਨੂੰ ਜ਼ਿਆਦਾ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਜਦੋਂ ਮੈਂ ਇਹ ਚੂੜੀ ਦੇ ਆਕਾਰ ਦਾ ਇੱਕ ਚੱਕਰ ਕੱਟਿਆ ਔਰ ਉਹਦੇ ਤੇ ਸਮਮਿਤੀ ਰੇਖਾ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਸੈਂਟਰ ਦੇ ਵਿੱਚੋਂ ਨੰਗਦੀ ਹੋਈ ਕੇਂਦਰ ਦੇ ਵਿੱਚੋਂ ਨੰਗਦੀ ਹੋਈ ਮੈਂ ਇੱਕ ਲਾਈਨ ਖਿੱਚ ਲਈ ਤੇ ਉਸ ਦੇ ਉੱਪਰੋਂ ਜਦੋਂ ਮੈਂ ਇਸ ਚੱਕਰ ਨੂੰ ਮੋੜਿਆ ਤਾਂ ਇਹ ਚੱਕਰ ਬਰਾਬਰ ਦੋ ਭਾਗਾਂ ਵਿੱਚ ਵੰਡਿਆ ਗਿਆ ਪਰ ਵੇਠ ਕੀ ਇਹ ਇੱਕੋ ਹੀ ਲਾਈਨ ਹੈ ਇਹਦੇ ਵਿੱਚ ਕੀ ਮੈਂ ਕੋਈ ਹੋਰ ਲਾਈਨ ਡਰਾ ਨਹੀਂ ਕਰ ਸਕਦੀ ਜੇ ਮੈਂ ਸਰਕਲ ਨੂੰ ਇੱਧਰ ਨੂੰ ਮੋੜਾਂਗੀ ਤਾਂ ਵੀ ਤਾਂ ਇਹ ਇੱਕ ਦੂਸਰੇ ਦੇ ਬਰਾਬਰ ਹੀ ਆ ਰਹੇ ਹਨ ਦੋਨੋਂ ਪਾਰਟਸ ਠੀਕ ਹੈ ਜੇ ਮੈਂ ਸਰਕਲ ਨੂੰ ਸੈਂਟਰ ਦੇ ਥਰੂ ਇੱਧਰ ਨੂੰ ਮੋੜਾਂਗੀ ਸਮਮਿਤ ਹੈ ਇਹ ਬਰਾਬਰ ਹੀ ਆ ਰਹੇ ਨੇ ਇਹਦਾ ਮਤਲਬ ਸਰਕਲ ਦੀਆਂ ਇੱਕ ਤੋਂ ਜ਼ਿਆਦਾ ਸਮਮਿਤੀ ਰੇਖਾਵਾਂ ਨੇ ਆਪਾਂ ਡਰਾ ਕਰਕੇ ਦੇਖਦੇ ਹਾਂ ਸੈਂਟਰ ਦੇ ਥਰੂ ਆਪਾਂ ਜਦੋਂ ਸਮਮਿਤੀ ਰੇਖਾਵਾਂ ਸੈਂਟਰ ਦੇ ਵਿੱਚੋਂ ਲੰਘਦੀਆਂ ਹੋਈਆਂ ਡਰਾ ਕਰਦੇ ਹਾਂ ਤਾਂ ਇੱਧਰ ਵੀ ਹੋ ਸਕਦੀ ਹੈ 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 ਹੁਣ ਕਿੰਨੀਆਂ ਕ ਖਿੱਚ ਸਕਦੇ ਆ ਬੇਟਾ ਆਪਾਂ ਤਾਂ ਕੇਂਦਰ ਦੇ ਵਿੱਚੋਂ ਨੰਗਦੀਆਂ ਹੋਈਆਂ ਚੱਕਰ ਦੀਆਂ ਆਪਾਂ ਇਨਫਿਨਟ ਠੀਕ ਹੈ ਅਣਗਿਣਤ ਕਿੰਨੀਆਂ ਰੇਖਾਵਾਂ ਖਿੱਚ ਸਕਦੇ ਆ ਅਣ ਗਿਣਤ ਇਨ ਫਾਈਨਾਈਟ ਜਾਂ ਇਨਫਿਨਟ ਠੀਕ ਹੈ ਜੀ ਤਾਂ ਜਿਹੜਾ ਆਪਣੇ ਕੋਲੇ ਜ਼ਰੂਰੀ ਨਹੀਂ ਹੈ ਕਿ ਇੱਕੋ ਹੀ ਲਾਈਨ ਆਫ ਸਿਮਟਰੀ ਹੋਊਗੀ ਤੁਸੀਂ ਆਪਣੇ ਆਸ-ਪਾਸ ਹੋਰ ਚੀਜ਼ਾਂ ਵੀ ਲੱਭ ਸਕਦੇ ਹੋ ਜਿਦੇ ਵਿੱਚ 1 ਤੋਂ ਜ਼ਿਆਦਾ ਸਮਮਿਤੀ ਰੇਖਾਵਾਂ ਹੋ ਸਕਦੀਆਂ ਨੇ ਜਿੱਦਾਂ ਬੇਟਾ ਤੁਹਾਡੇ ਕੋਲ ਆਹੀ ਪੇਪਰ ਹੈ ਜਿਸ ਤੇ ਮੈਂ ਐਕਟੀਵਿਟੀ ਡਰਾ ਕਰ ਰਹੀ ਹਾਂ ਠੀਕ ਹੈ ਤਾਂ ਹੁਣ ਜੇ ਆਪਾਂ ਇਸ ਨੂੰ ਐਦਾਂ ਮੋੜਦੇ ਹਾਂ ਤਾਂ ਆ ਇਹਦੀ ਇੱਕ ਸਮਮਿਤੀ ਰੇਖਾ ਬਣ ਜਾਂਦੀ ਹੈ ਜਿਹੜੀ ਇਸ ਨੂੰ ਦੋ ਬਰਾਬਰ ਹਿੱਸਿਆਂ ਦੇ ਵਿੱਚ ਵੰਡਦੀ ਹੈ ਠੀਕ ਹੈ ਹੁਣ ਜੇ ਮੈਂ ਇਹਨੂੰ ਇੱਧਰ ਨੂੰ ਮੋੜਦੀ ਹਾਂ ਤਾ ਇਹ ਵੀ ਇੱਕ ਸਮਮਿਤੀ ਰੇਖਾ ਬਣ ਜਾਂਦੀ ਹੈ ਠੀਕ ਹੈ ਕਿਉਂਕਿ ਇਹਦੇ ਨਾਲ ਜਿਹੜੀ ਇਹ ਫਿਗਰ ਹੈ ਇਹ ਵਾਲਾ ਆਇਤ ਹੈ ਦੋ ਭਾਗਾਂ ਦੇ ਵਿੱਚ ਬਰਾਬਰ ਵੰਡਿਆ ਜਾਂਦਾ ਹੈ ਤਾਂ ਕੀ ਇਧਰੋਂ ਵੀ ਇਹ ਰੇਖਾ ਹੋ ਸਕਦੀ ਹੈ ਦੇਖੋ ਤਾਂ ਇਹ ਨਹੀਂ ਬਰਾਬਰ ਆਏਗਾ ਕਿ ਇਧਰਲੇ ਪਾਸਿਓ ਕੋਈ ਰੇਖਾ ਇਦਾਂ ਹੋ ਸਕਦੀ ਹੈ ਇਹ ਨਹੀਂ ਬਰਾਬਰ ਆਏਗਾ ਇਹਦਾ ਮਤਲਬ ਆਇਤ ਦੀਆਂ ਕਿੰਨੀਆਂ ਲਾਈਨਸ ਆਫ ਸਿਮੇਟਰੀ ਹੋ ਸਕਦੀਆਂ ਨੇ ਦੋ ਇੱਕ ਵਰਟੀਕਲ ਇੱਕ ਹਾਰੀਜ਼ੋਂਟਲ ਠੀਕ ਹੈ ਬੇਟਾ ਤਾਂ ਤੁਸੀਂ ਇਹ ਆਪਣੇ ਆਸ-ਪਾਸ ਤੋਂ ਕੋਈ ਪੱਤਾ, ਚੂੜੀ, ਕੋਈ ਸਰਕਲ, ਕੋਈ ਟ੍ਰੈਂਗਲ, ਠੀਕ ਹੈ ਟ੍ਰੈਂਗਲ ਜਿਹੜੀ ਹੈ ਉਹ ਜਾਂ ਤਾਂ ਸਮਦੋਭੁਜੀ ਹੋਣੀ ਚਾਹੀਦੀ ਹੈ ਜਾਂ ਸੰਪੂਜੀ, ਠੀਕ ਹੈ? ਉਹਦੇ ਤੇ ਹੀ ਲਾਈਨਸ ਆਫ ਸਿਮੈਟਰੀ ਬਣਨਗੀਆਂ, ਵਿਖੰਪੁਜੀ ਤੇ ਨਹੀਂ ਬਣਨਗੀਆਂ, ਠੀਕ ਹੈ? ਤਾਂ ਤੁਸੀਂ ਇਸ ਤਰ੍ਹਾਂ ਦੇ ਆਬਜੈਕਟ ਲੈ ਕੇ ਲਾਈਨਸ ਆਫ ਸਿਮੈਟਰੀ ਖਿੱਚ ਕੇ ਆਪਣੀ ਸਕ੍ਰੈਪ ਬੁੱਕ ਤੇ ਲਗਾ ਸਕਦੇ ਹੋ। ਤੇ ਮੈਨੂੰ ਆਸ ਹੈ ਬੇਟਾ ਤੁਹਾਨੂੰ ਇਹ ਸਮਝ ਆ ਗਈ ਹੋਊਗੀ ਆ ਐਕਟੀਵਿਟੀ, ਠੀਕ ਹੈ? ਇਹਨੂੰ ਆਪਣੀ ਕਾਪੀਆਂ ਤੇ ਕੰਪਲੀਟ ਕਰ ਲਿਓ। ਬਾਏ ਬੱਚੇ।